ਪੇਂਡੂ ਅਸੀਂ ਤੁਹਾਡੇ ਲਈ ਮਜ਼ਾਕ ਹੀ ਰਹਿ ਗਏ ਹਾਂ। ਪਲੀਜ਼ ਬਾਹਵਲੀ ਸਮਝਣੇ ਕੀ ਕੋਸ਼ਿਸ਼ ਕਰੋ। ਕੀ? ਮੈਂ ਲੰਡਨ ਵਾਪਸ ਜਾਣਾ ਚਾਹਤੀ ਹੂੰ। ਕਾਦੇ ਲਈ? ਵਹਾਂ ਪਰ ਮੇਰਾ ਬੁਆਏਫ੍ਰੈਂਡ ਮੇਰਾ ਇੰਤਜ਼ਾਰ ਕਰ ਰਹਾ ਹੈ। ਓਏ ਅਕਲ ਕਰ, ਕੋ ਸੁਣ ਲੈ ਗਈ। ਹਾਂ ਬਾਹਵਲੀ, ਦੁਆ ਕਰੋ ਮੈਂ ਜਿਸ ਸੇ ਮੁਹੱਬਤ ਕਰਤੀ ਹੂੰ ਮੇਰੀ ਉਸ ਸੇ ਸ਼ਾਦੀ ਹੋ ਜਾਏ। ਲੈ ਬਈ ਤੂੰ ਚਾਚੇ ਕੋਲੋਂ ਗੋਲੀ ਖਾਏ ਹੀ ਖਾਏ। ਇਸ ਸੇ ਜ਼ਿਆਦਾ ਤੁਮ ਲੋਗ ਔਰ ਕਰ ਭੀ ਕਿਆ ਸਕਤੇ ਹੋ। ਤੁਮਹਾਰੇ ਮੁਆਸ਼ਰੇ ਮੇਂ ਔਰਤ ਏਕ ਐਸਾ ਅਪਾਹਿਜ ਜਾਨਵਰ ਹੈ ਜਿਸਸੇ ਤੁਮ ਕਾਮ ਭੀ ਪੂਰਾ ਲੇਤੇ ਹੋ ਲੇਕਿਨ ਉਸੇ ਉਸਕਾ ਹੱਕ ਨਹੀਂ ਦੇਤੇ। ਇਹੀ ਚੰਗੀ ਤਰ੍ਹਾਂ ਜਾਣਦੇ ਹਾਂ ਔਰਤ ਦੇ ਹੱਕ ਨੂੰ। ਕਿਆ ਹੱਕ ਦੇਤੇ ਹੋ ਤੁਮ ਔਰਤ ਕੋ? ਇੱਕ ਗੁਲਾਮ, ਇੱਕ ਲੌਂਡੀ, ਇੱਕ ਬਾਂਦੀ, ਇਸ ਸੇ ਜ਼ਿਆਦਾ ਕਿਆ ਹੈ ਤੁਮਹਾਰੇ ਮੁਆਸ਼ਰੇ ਮੇਂ ਔਰਤ? ਮਗਰਿਬ ਮੇਂ ਔਰਤ ਆਜ਼ਾਦ ਹੈ, ਵਹਾਂ ਆਪਣੀ ਮਰਜ਼ੀ ਕੇ ਦਿਨ ਹੈ, ਆਪਣੀ ਮਰਜ਼ੀ ਕੀ ਰਾਤੇਂ, ਔਰਤ ਕੀ ਜੋ ਮਰਜ਼ੀ ਮੇਂ ਆਏ ਵੋ ਕਰੇ। ਸਹੀ ਆਨੀ, ਉੱਥੇ ਔਰਤ ਦੀ ਜੋ ਮਰਜ਼ੀ ਹੈ ਕਰੇ, ਮਗਰ ਇਹ ਵੀ ਤੇ ਵੇਖ ਇਸ ਮਰਜ਼ੀ ਨੇ ਉੱਥੇ ਔਰਤ ਨੂੰ ਔਰਤ ਰਹਿਣ ਹੀ ਨਹੀਂ ਦਿੱਤਾ। ਨਾ ਮਰਾਦੇ ਜਿਹੜਾ ਮਰਦ ਦੋ ਟਾਈਮ ਦੀ ਬੁੱਢੀ ਨੂੰ ਰੋਟੀ ਨਹੀਂ ਖਵਾ ਸਕਦਾ ਉਹ ਕਾਹਦਾ ਮਰਦ ਹੈ? ਸਵੇਰੇ ਸਵੇਰੇ ਬਰਗਰ ਫੜ ਕੇ ਬੱਸਾਂ ਪਿੱਛੇ ਲਟਕੀਆਂ ਹੁੰਦੀਆਂ, ਬੰਦਾ ਕਿਧਰੇ ਕੰਮ ਕਰਨ ਡਿਆ, ਜਨਾਨੀ ਕਿਧਰੇ ਕੰਮ ਕਰਨ ਡਈ, ਉਹਦਾ ਵੱਖਰਾ ਰਿਜਲਟ ਨਿਕਲਣ ਡਿਆ, ਉਹਦਾ ਵੱਖਰਾ ਰਿਜਲਟ ਨਿਕਲਣ ਡਿਆ। ਦੋ ਬੱਚੇ ਕੋਈ ਸਾਂਭਣ ਡਿਆ, ਤਿੰਨ ਕੋਈ ਸਾਂਭਣ ਡਿਆ, ਚਾਰ ਕੋਈ ਸਾਂਭਣ ਡਿਆ, ਆਪਣੇ ਮਗਰ ਇੱਕ ਛੋਟਾ ਜਿਹਾ ਕੁੱਤਾ ਲਾਇਆ ਬਸ। ਉਹ ਛਦਾਣੇ, ਅਸੀਂ ਆਪਣੀ ਔਰਤ ਨੂੰ ਕੀਮਤੀ ਸਮਝਦੇ ਹਾਂ, ਅਸੀਂ ਇਬਾਦਤ ਕਰਨੇ ਹਾਂ ਆਪਣੀ ਔਰਤ ਦੀ। ਇੱਕ ਗੱਲ ਯਾਦ ਰੱਖੀ, ਸਸਤੀਆਂ ਤੇ ਬੇਕਾਰ ਚੀਜ਼ਾਂ ਸੜਕਾਂ ਤੇ ਪਈਆਂ ਹੁੰਦੀਆਂ ਨੇ, ਕੀਮਤੀ ਸ਼ਹਿਰ ਨੂੰ ਹਮੇਸ਼ਾ ਲਪੇਟ ਕੇ ਰੱਖਿਆ ਜਾਂਦਾ। ਉਹ ਚੱਲੀਏ, ਸਾਡੇ ਨਾਲੋਂ ਵੱਧ ਔਰਤ ਦੀ ਕਿੰਨੇ ਹਿਫਾਜ਼ਤ ਕਰਨੀ? ਅਸੀਂ ਤੇ ਮਹਿਤ ਤੋਂ ਲੈ ਕੇ ਲਹਿਤ ਤੱਕ ਔਰਤ ਦੀ ਹਿਫਾਜ਼ਤ ਕਰਦੇ ਹਾਂ। ਜਦੋਂ ਪੈਦਾ ਹੁੰਦੀ ਹੈ ਤਾਂ ਪਿਓ ਦੀ ਸ਼ਕਲ ਚ ਇੱਕ ਮੁਹਾਫਜ਼ ਉਹਦੇ ਸਿਰ ਤੇ ਹੁੰਦਾ, ਤੇ ਜਦੋਂ ਪੈਰਾਂ ਤੇ ਖਲੋਂਦੀ ਤੇ ਗੈਰਤਮੰਦ ਭਰਾ ਉਹਦੇ ਅੱਗੇ ਪਿੱਛੇ ਹੁੰਦੇ ਨੇ, ਤੇ ਜਦੋਂ ਜਵਾਨ ਹੁੰਦੀ ਹੈ ਤੇ ਉਹਨੂੰ ਇਹ ਕਹਿ ਕੇ ਨਹੀਂ ਘਰੋਂ ਕੱਢ ਦਈਦਾ ਕਿ ਜਾ ਆਪਣਾ ਕਮਾ ਦੇ ਆਪਣਾ ਖਾ, ਬਲਕਿ ਪੂਰੀ ਆਣ ਬਾਣ ਸ਼ਾਨ ਨਾਲ ਉਹਨੂੰ ਡੋਲੀ ਚ ਪਾਈਦਾ ਤੇ ਖਾਵਣ ਦੀ ਸ਼ਕਲ ਚ ਇੱਕ ਚੌਕੀਦਾਰ ਡੋਲੀ ਦੇ ਨਾਲ ਤੁਰ ਪੈਂਦਾ। ਇਹ ਹੀ ਪਾਕਿਸਤਾਨੀ ਔਰਤ। ਤੇ ਜਦੋਂ ਮਾਂ ਬਣਦੀ ਹੈ ਤੇ ਔਲਾਦ ਦੀ ਸ਼ਕਲ ਚ ਕਈ ਖਿਦਮਤਗਾਰ ਉਹਨੂੰ ਮਿਲ ਜਾਂਦੇ ਨੇ, ਜਦੋਂ ਉਹਦੇ ਵਾਲਾਂ ਚ ਚਾਂਦੀ ਆਉਂਦੀ ਹੈ ਤਾਂ ਉਹਨੂੰ ਕਿਸੇ ਹੋਸਟਲ ਚ ਨਹੀਂ ਸੁੱਟ ਆਉਂਦੇ। ਬੁੱਢੇ ਬਾਰੇ ਤੇ ਉਹਦੀ ਹਿਫਾਜ਼ਤ ਅਸੀਂ ਇਬਾਦਤ ਸਮਝ ਕੇ ਸ਼ੁਰੂ ਕਰ ਦਿੰਦੇ ਹਾਂ। ਇਹ ਪਾਕਿਸਤਾਨੀ ਔਰਤ। ਸੁਦੈਣੇ ਨਾ ਕਿਆ ਕਰ, ਜਿਹਦੇ ਨਾਲ ਤੈਨੂੰ ਮੁਹੱਬਤ ਹੈ ਤੇਰੀ ਉਹਦੇ ਨਾਲ ਸ਼ਾਦੀ ਹੋ ਜਾਵੇ। ਇਹ ਕਿਆ ਕਰ ਕਿ ਜਿਹਦੇ ਨਾਲ ਤੇਰੀ ਸ਼ਾਦੀ ਹੋਵੇ ਤੈਨੂੰ ਉਹਦੇ ਨਾਲ ਮੁਹੱਬਤ ਹੋ ਜਾਵੇ।